ਲੇਜਰ ਵੱਲੋਂ ਓਮਨੀ ਨਿਊਜ਼ ਲਈ 28 ਅਗਸਤ ਤੋਂ 9 ਸਤੰਬਰ ਦੇ ਦਰਮਿਆਨ ਦੇਸ਼ ਭਰ ਵਿੱਚ ਕਰੀਬ 1500 ਪ੍ਰਵਾਸੀਆਂ ਉੱਪਰ ਕਰਵਾਏ ਗਏ ਸਰਵੇ ਦਰਸਾਉਂਦੇ ਹਨ ਕਿ ਨਵੇਂ ਕੈਨੇਡੀਅਨ ਜੋ ਘੱਟੋ-ਘੱਟ 6 ਸਾਲਾਂ ਤੋਂ ਦੇਸ਼ ਵਿੱਚ ਹਨ ਉਨ੍ਹਾਂ ਵਿੱਚੋਂ 45% ਦੀ ਕਹਿੰਦੇ ਹਨ ਕਿ ਕੈਨੇਡਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਵਫਾਦਾਰੀ ਬਦਲ ਗਈ ਹੈ ਜੇਕਰ ਇਸ ਵਿੱਚ ਅਸ਼ਵੇਦ, ਮੂਲ ਵਾਸੀ ਅਤੇ ਰੰਗਦਾਰ ਪ੍ਰਵਾਸੀ ਹੀ ਸਿਰਫ ਸ਼ਾਮਲ ਕੀਤੇ ਜਾਣ ਤਾਂ ਇਹ ਗਿਣਤੀ ਵੱਧ ਕੇ 51% ਹੋ ਜਾਂਦੀ ਹੈ ਕਮਿਊਨਿਟੀ ਲੀਡਰ ਮਨਨ ਗੁਪਤਾ ਇਸ ਪੋਲ ਦੇ ਰੁਝਾਨਾਂ ਦਾ ਕਾਰਨ ਇਹਨਾਂ ਮੁੱਦਿਆਂ ਨੂੰ ਮੰਨਦੇ ਹਨ ਦੇਖੋ ਆ ਬੜਾ ਇੰਪੋਰਟੈਂਟ ਹੈ ਕਿ ਕੈਨੇਡੀਅਨ ਰਾਜਨੀਤੀ ਦੇ ਵਿੱਚ ਵੱਡਾ ਫੇਰ ਬਦਲਾ ਆ ਰਿਹਾ ਹੈ ਕਿਉਂਕਿ ਕਾਸਟ ਆਫ ਲਿਵਿੰਗ ਹੋ ਗਈ ਹੈਲਥ케ਅ ਹੋ ਗਈ ਹਾਊਸਿੰਗ ਹੋ ਗਈ ਇਕਨੋਮੀ ਹੈ ਜੌਬਸ ਦਾ ਨਾ ਮਿਲਣਾ क्राइम ਦਾ ਵਧਣਾ ਸਾਰੇ ਜਿਹੜੇ ਫੈਕਟਰਸ ਨੇ ਚਾਹੇ ਨਿਊ ਕਾਮਰਸmen ਪੈਟ ਕਰ ਰਹੇ ਨੇ ਜਾਂ ਆਲਰੇਡੀ ਜਿਹੜੇ ਇੱਥੇ ਕੈਨੇਡੀਅਨਸ ਬੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਸੋ ਡੈਫੀਨਿਟਲੀ ਪੋਲ ਨੰਬਰਸ ਦੇ ਵਿੱਚ ਜਿਹੜੇ ਪ੍ਰੀ ਪੋਲ ਸਰਵੇਜ਼ ਆ ਰਹੇ ਨੇ ਉਹਦੇ ਚਾਹੀ ਹੈ ਕਿ ਲੋਕੀ ਬਦਲਾਵ ਚਾਹੁੰਦੇ ਨੇ ਸਰਵੇ ਦੇ ਅਨੁਸਾਰ 70% ਦੀ ਨਵੇਂ ਕੈਨੇਡੀਅਨ ਕਹਿੰਦੇ ਹਨ ਕਿ ਉਹ ਅੱਜ ਹੀ ਚੋਣਾਂ ਦੇ ਲਈ ਤਿਆਰ ਹਨ ਅਤੇ 70% ਦੀ ਕਹਿੰਦੇ ਹਨ ਕਿ ਸਰਕਾਰ ਬਦਲਣ ਦਾ ਸਮਾਂ ਆ ਗਿਆ ਹੈ ਜੇਕਰ ਕੈਨੇਡਾ ਵਿੱਚ ਅੱਜ ਫੈਡਰਲ ਚੋਣਾਂ ਹੁੰਦੀਆਂ ਹਨ ਤਾਂ ਪੋਲਸ ਦੇ ਅਨੁਸਾਰ ਨਵੇਂ ਕੈਨੇਡੀਅਨ ਕਨਜ਼ਰਵੇਟਿਵ ਪਾਰਟੀ ਨੂੰ 44% ਦੀ ਅਤੇ ਲਿਬਰਲ ਪਾਰਟੀ ਨੂੰ 26% ਦੀ ਅਤੇ ਐਨਡੀਪੀ ਨੂੰ उन्नीस वोटा पागे लीडरशिप मेक्स ह्यूज डिफरेंस लीडरशिप काफ़ी मतलब रखता है और ये जो लीडरशिप अभी पियर पॉलीवियर ने की है जो मुद्दे उठाए हैं जो हाउसिंग के लिए टैक्स के लिए या तो फिर क्रिमिनलाइज कोड के लिए विच इज़ वेरी कॉमन कि सब जनता सामान्य जनता के लिए उनको बहुत बहुत मायने रखता है इसीलिए उनकी इतनी पॉपुलरिटी हो रही है क्यों जो लोग कैनेडा पिछले छे साल अंदर अंदर आए हैं उन्होंने सैंती फीसद लिबरल पार्टी पैतालीस फीसदी लोग इमिग्रेंट नॉट ओनली जस्ट इंटरनेशनल स्टूडेंट बट फ्रॉम ऑल अराउंड द वर्ल्ड इज लुकिंग एट दैट इवन रेफ्यूजीज कि हमको यहाँ के बुला के डंप गार्डन बना दिया है कहीं पे डाल दिया है अब उनको सेवा मिल रही है जो उनको जो ग्रोथ होना चाहिए जो सोच रहे थे कि कैनेडा इज अ कंट्री ऑफ अपॉर्चुनिटी वो नहीं मिल रही है वो उनको लग रही है कि अभी ओनली वन पार्टी एंड ओनली वन लीडर एंड ओनली वन साइड ऑफ द पीपल ਉਹ ਦੇ ਸਕਦੀ ਹੈ उनको वो कंजर्वेटिव के है 45% दी ਪ੍ਰਵਾਸੀ ਜੋ ਕਹਿੰਦੇ ਹਨ ਕਿ ਕੈਨੇਡਾ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਸਿਆਸੀ ਵਫਾਦਾਰੀ ਬਦਲ ਗਈ ਹੈ ਇਸ ਤਰਜੀਬ ਦੇ ਲਈ ਉਹ 64% ਦੀ ਲੋਕ ਆਪਣੇ ਨਿੱਜੀ ਤਜਰਬਿਆਂ ਨੂੰ ਮੰਨਦੇ ਹਨ 58% ਦੀ ਲੋਕ ਕੈਨੇਡਾ ਦੇ ਆਰਥਿਕ ਹਾਲਾਤਾਂ ਨੂੰ ਮੰਨਦੇ ਹਨ ਅਤੇ 44% ਦੀ ਲੋਕ ਕਹਿੰਦੇ ਹਨ ਕਿ ਮੀਡੀਆ ਅਤੇ ਹੋਰ ਪ੍ਰਭਾਵਾਂ ਕਾਰਨ ਉਹਨਾਂ ਦੀ ਸਿਆਸੀ ਵਫਾਦਾਰੀ ਬਦਲੀ ਹੈ ਪਾਰਟੀ ਦੇ ਲੀਡਰ ਨੇ ਆਨਰੇਬਲ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਸੋ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਸ ਲਈ ਗਿਰਾਵਟ ਵਾਲਾ ਹੈ ਜੇ ਅਸੀਂ ਪੋਲ ਸਰਵੇਜ਼ ਵੀ ਦੇਖੀਏ ਜਿਹੜੇ ਜਨਰਲ ਆ ਰਹੇ ਨੇ 올 ਅਕਰੋਸ ਕੈਨੇਡਾ ਉਹਦੇ ਵਿੱਚ ਵੀ 20 ਤੋਂ 22% ਦਾ ਫਰਕ ਹੈ ਕਨਜ਼ਰਵੇਟਿਵ ਪਾਰਟੀ ਵਰਸਸ ਲਿਬਰਲ ਪਾਰਟੀ ਸੋ ਲੋਕੀ ਜਿਹੜਾ ਪੋਜ਼ਿਟਿਵ ਚੇਂਜ ਚਾਹੁੰਦੇ ਨੇ ਉਹਨਾਂ ਨੂੰ ਕਨਜ਼ਰਵੇਟਿਵ ਪਾਰਟੀ ਵੀ ਨਜ਼ਰ ਆ ਰਹੀ ਹੈ ਔਰ ਇਸੇ ਲਈ ਉਹਨਾਂ ਦੇ ਜਿਹੜੇ ਲੀਡਰ ਨੇ ਪੀਅਰ ਪੋਲੀਓ ਜੋ ਕਿ ਹਜੇ ਸਿਰਫ 2 ਸਾਲ ਪਹਿਲਾਂ ਹੀ ਬਨੇ ਨੇ ਉਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਆ ਮੁੱਦੇ ਨੇ ਜ ਉਹਨਾਂ ਦਾ ਫਿਲਾਫ ਕਾਫੀ ਜ਼ਿਆਦਾ ਕੀਤਾ ਹੈ ਸੋ ਇਸ ਲਈ ਲੋਕ ਚਾਹੁੰਦੇ ਨੇ ਕਿ ਅਸੀਂ ਬਦਲਾਵ ਦੇ ਤਹਿਤ ਉਹਨਾਂ ਦੇ ਨਾਲ ਮੁਲਾਕਾਤ ਕਰੀਏ ਉਹਨਾਂ ਨੂੰ ਡਿਨਰ ਟੇਬਲ ਤੇ ਬੁਲਾਈਏ ਉਹਨਾਂ ਦੇ ਨਾਲ ਅਸੀਂ ਯੂ نو ਇਵੈਂਟਸ ਤੇ ਮਿਲੀਏ ਜਲਸਿਆਂ ਵਿੱਚ ਮਿਲੀਏ ਤਾਂ ਕਿ ਆਪਣਾ ਕੰਸਰਨ ਅਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਸਕੀਏ ਮੈਂ ਇਸ ਵਕਤ ਆਪਣੇ ਡਿਨਰ ਟੇਬਲ ਤੇ ਹਾਂ ਪਰ ਮੇਰੇ ਨਾਲ ਡਿਨਰ ਕਰਨ ਦੇ ਲਈ ਕੋਈ ਵੀ ਸਿਆਸਤਦਾਨ ਨਹੀਂ ਹੈ ਪਰ ਪੋਲ ਦਰਸਾਉਂਦੇ ਹਨ ਕਿ ਨਵੇਂ ਆਏ ਕੈਨੇਡੀਅਨਸ ਵਿੱਚੋਂ 26% ਦੀ ਲੋਕ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵियरਨਾਰ ਡিনার ਕਰਨਾ ਚਾਹੁੰਦੇ ਹਨ ਅਤੇ 20% ਦੀ ਆਪਣੀ ਡਿਨਰ ਟੇਬਲ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਸਦਣਾ ਚਾਹੁੰਦੇ ਹਨ ਜਦਕਿ 13% ਦੀ ਲੋਕ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਆਪਣੇ ਡਿਨਰ ਟੇਬਲ ਤੇ ਬਣਾਉਣਾ ਚਾਹੁੰਦੇ ਹਨ ਓਮਨੀ ਨਿਊਜ਼ ਤੇ ਰਹੀ ਮੈਂ ਜਸਪ੍ਰੀ ਪੰਦੇੜੀ